ਫਿਲਮਾਂ ਤੇ ਅਕਸਰ ਸਾਰੇ ਮੈਨੂੰ ਕਹਿੰਦੇ ਹੁੰਦੇ ਆ ਕਿ ਹੈ ਤਾਂ ਤੂੰ ਗੀਤਕਾਰ ਪਰ ਜਦੋਂ ਤੂੰ ਫਿਲਮ ਬਣਾਉਣਾ ਤੂੰ ਇੰਨੀ ਵਾਇਲੈਂਸ ਵਾਲੀ ਇੰਨੀ ਐਕਸ਼ਨ ਵਾਲੀ ਫਿਲਮ ਬਣਾਉਣਾ ਤੇਰੀ ਫਿਲਮ ਦੇ ਵਿੱਚ ਗੀਤ ਬਹੁਤ ਘੱਟ ਹੁੰਦੇ ਨੇ ਜਿਹੜੇ ਇੱਥੇ ਡੱਲਾਗਿਰੀ ਤੇ ਬਾਹਰ ਮੁਖਬਰੀ ਕਰਦੇ ਆ ਮੇਰੇ ਕੰਮ ਸਾਰੇ ਬਹੁਤ ਔਖੇ ਹੁੰਦੇ ਨੇ ਮੈਂ ਸੌਖੀ ਫਿਲਮ ਨਹੀਂ ਬਣਾਉਂਦਾ ਮੇਰੀ ਫਿਲਮਾਂ ਦੀਆਂ ਜਿਹੜੇ ਸਬਜੈਕਟ ਨੇ ਉਹ ਵੀ ਔਖੇ ਨੇ ਉਹਨਾਂ ਦਾ ਰਿਟਰਨ ਵਰਕ ਵੀ ਮੇਰਾ ਹੀ ਹੁੰਦਾ ਕਿਉਂਕਿ ਸਟੋਰੀ ਸਕਰੀਨ ਪਲੇ ਡਾਇਲੋਗ ਸਭ ਕੁਝ ਮੈਂ ਹੀ ਲਿਖਦਾ ਠੀਕ 24 ਘੰਟੇ ਦੇ ਅੰਦਰ ਅੰਦਰ ਪੁਲਿਸ ਇਸ ਇਲਾਕੇ 'ਚੋਂ ਤੇਰੀ ਲਾਸ਼ ਚੁੱਕੂਗੀ ਸਾਲਾ ਵੱਡਾ ਗੈਂਗਸਟਰ ਜਿਹਦੀ ਜਿਹਦੀ ਜੇਬ 'ਚ ਪੈਸੇ ਹੈ ਉਹਦੀ ਉਹਦੀ ਜੇਬ 'ਚ ਆਪਣਾ ਮਾਲ ਹੋਊਗਾ ਇਸ ਮੁਕਾਮ ਤੇ ਪਹੁੰਚ ਕੇ ਇੰਨੀ ਜਦੋਂ ਆਪਾਂ ਬੜੇ ਲੈਵਲ ਤੇ ਚਲੇ ਜਾਂਦੇ ਹਾਂ ਹਜੇ ਵੀ ਕਿਆ ਕੋਈ ਸੁਪਨਾ ਹੈ ਜੋ ਲੱਗਦਾ ਹੈ ਕਿ ਨਹੀਂ ਹਜੇ ਵੀ ਪੂਰਾ ਕਰਨਾ ਹੈ ਬਿਲਕੁਲ ਜੀ ਮੇਰੇ ਬਹੁਤ ਸਬਜੈਕਟ ਨੇ ਸਿੱਖ ਇਤਿਹਾਸ ਬਾਰੇ ਮੈਂ ਫਿਲਮ ਕਰਨੀ ਆ 1984 ਦਾ ਜਿਹੜਾ ਟਾਈਮ ਸੀ ਪੰਜਾਬ ਦਾ ਉਹਦੇ ਬਾਰੇ ਮੈਂ ਫਿਲਮ ਕਰਨੀ ਆ ਆਪਣੇ ਘਰਾਂ 'ਚ ਕਹਿੰਦੀ ਆ ਕਿ ਇੱਕ ਗਲਤ ਰਾਹ ਤੇ ਨਾ ਤੂੰ ਪਰ ਪਿਆਰ ਦੇ ਨਾਲ ਹੀ ਆਪਣੇ ਔਲਾਦ ਨੂੰ ਜਾਂ ਮੁੰਡੇ ਨੂੰ ਕਹਿੰਦੀ ਹੈਗੀ ਕਿ ਬੱਚਿਆਂ ਨੂੰ ਮਰ ਜਾਣੇ ਅਤੇ ਉਹ ਟਾਈਟਲ ਤੋਂ ਲੈ ਕੇ ਸਾਰੀ ਕਹਾਣੀ ਬਹੁਤ ਰਿਲੇਟਿਵ ਹੈ ਰੋਕ ਪਰੀ ਸਤਿ ਸ਼੍ਰੀ ਅਕਾਲ ਜੀ ਸਾਡੀ ਬਹੁਤ ਖੁਸ਼ਨਸੀਬੀ ਹੈ ਬਿਕੋਜ਼ ਅੱਜ ਅਸੀਂ ਡਾਇਰੈਕਟਰ ਦੇ ਨਾਲ ਹੈ ਜੋ ਕਿ ਡਾਇਰੈਕਟਰ ਹੈ ਮਰ ਜਾਣੇ ਫਿਲਮ ਦੇ ਅਮਰਦੀਪ ਸਿੰਘ ਗਿੱਲ ਤੇ ਬਹੁਤ ਸਾਰੀਆਂ ਹਿੱਟ ਫਿਲਮਾਂ ਦਿੱਤੀਆਂ ਇਹਨਾਂ ਦੇ ਮਲਟੀ ਟੈਲੈਂਟਡ ਪਰਸਨੈਲਿਟੀ ਹੈ ਅੱਜ ਗੱਲ ਕਰਦੇ ਹਾਂ ਕਿ ਅੱਜ ਇਹਨਾਂ ਨੇ ਇਸ ਫਿਲਮ ਦੇ ਬਾਰੇ ਕੀ ਕਹਿਣਾ ਹੈ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਕੀ ਕਹਿਣਾ ਚਾਹੋਗੇ ਸਰ ਤੁਹਾਡੀ ਫਿਲਮ ਆ ਰਹੀ ਹੈ ਮਰ ਜਾਣੇ ਮੈਂ ਬਹੁਤ ਖੁਸ਼ ਹਾਂ ਜੀ ਬਹੁਤ ਮੈਨੂੰ ਇੱਕ ਸੰਤੁਸ਼ਟੀ ਵੀ ਹੈ ਜਿਸ ਤਰੀਕੇ ਨਾਲ ਅਸੀਂ ਫਿਲਮ ਦਾ ਟ੍ਰੇਲਰ ਟੀਜ਼ਰ ਪ੍ਰੋਮੋ ਗਾਣੇ ਰਿਲੀਜ਼ ਕਰ ਰਹੇ ਹਾਂ ਲੋਕ ਸਾਡੇ ਜਿਹੜੇ ਪੰਜਾਬੀ ਨੇ ਉਹ ਬਹੁਤ ਪਸੰਦ ਕਰ ਰਹੇ ਨੇ ਮੈਨੂੰ ਚੰਗਾ ਲੱਗ ਰਿਹਾ ਜੀ ਬਹੁਤ ਅੱਜ ਜਲੰਧਰ ਆਇਆ ਇਹ ਤਾਂ ਮੇਰਾ ਆਪਣਾ ਹੀ ਸ਼ਹਿਰ ਹੈ ਮੈਂ ਬਹੁਤ ਜ਼ਿੰਦਗੀ ਦੇ ਬਹੁਤ ਸਾਲ ਇੱਥੇ ਬਿਤਾਏ ਨੇ ਇਸ ਕਰਕੇ ਜਲੰਧਰ ਆ ਕੇ ਤਾਂ ਮੈਂ ਹੋਰ ਵੀ ਖੁਸ਼ ਹਾਂ ਸਰ ਜਿਸ ਤਰ੍ਹਾਂ ਇੰਨੀ ਸਾਰੀ ਫਿਲਮਸ ਤੁਸੀਂ ਇੰਨੀ ਹਿੱਟ ਫਿਲਮਸ ਦਿੱਤੀਆਂ ਲੇਕਿਨ ਇਸ ਫਿਲਮ ਦੇ ਵਿੱਚ ਤੁਹਾਨੂੰ ਕੀ ਲੱਗਾ ਕਿ ਸਭ ਤੋਂ ਬੜਾ ਚੈਲੰਜ ਸੀਗਾ ਇਹ ਫਿਲਮ ਮੇਰੀਆਂ ਪਹਿਲੀਆਂ ਫਿਲਮਾਂ ਨਾਲੋਂ ਹਟ ਕੇ ਆ ਐਕਚੁਅਲੀ ਇਹਦੇ 'ਚ ਨਾ ਇਮੋਸ਼ਨਲ ਟਰੈਕ ਬਹੁਤ ਜ਼ਬਰਦਸਤ ਆ ਇਹਦੇ 'ਚ ਮਿਊਜ਼ਿਕ ਦਾ ਬਹੁਤ ਸਕੋਪ ਆ ਮੈਂ ਖੁਦ ਵੀ ਇਹਦੇ ਵਿੱਚ ਦੋ ਗਾਣੇ ਲਿਖੇ ਨੇ ਕਿਉਂਕਿ ਬੇਸਿਕਲੀ ਮੈਂ ਗੀਤਕਾਰ ਰਿਹਾ ਪਹਿਲਾਂ ਅਤੇ ਇਸ ਫਿਲਮ ਦੇ ਵਿੱਚ ਹਰਭਜਨ ਮਾਨ ਜੀ ਹੋਰਾਂ ਨੇ ਮੇਰਾ ਇੱਕ ਲਿਖਿਆ ਗੀਤ ਗਾਇਆ ਇੱਕ ਮੇਰਾ ਗੀਤ ਕਮਲ ਖਾਨ ਅਤੇ ਮੰਨਤ ਨੂਰ ਦੀ ਆਵਾਜ਼ ਦੇ ਵਿੱਚ ਹੈ ਹੈ ਨਾ 6 ਗਾਣੇ ਨੇ ਫਿਲਮ ਦੇ ਵਿੱਚ ਮੇਰੀਆਂ ਫਿਲਮਾਂ ਤੇ ਅਕਸਰ ਸਾਰੇ ਮੈਨੂੰ ਕਹਿੰਦੇ ਹੁੰਦੇ ਆ ਕਿ ਹੈ ਤਾਂ ਤੂੰ ਗੀਤਕਾਰ ਪਰ ਜਦੋਂ ਤੂੰ ਫਿਲਮ ਬਣਾਉਣਾ ਤੂੰ ਇੰਨੀ ਵਾਇਲੈਂਸ ਵਾਲੀ ਇੰਨੇ ਐਕਸ਼ਨ ਵਾਲੀ ਫਿਲਮ ਬਣਾਉਣਾ ਤੇਰੀ ਫਿਲਮ ਦੇ ਵਿੱਚ ਗੀਤ ਬਹੁਤ ਘੱਟ ਹੁੰਦੇ ਨੇ ਪਰ ਮਰ ਜਾਣੇ ਦੇ ਵਿੱਚ ਸੰਗੀਤ ਦਾ ਬਹੁਤ ਸਕੋਪ ਆ ਬਹੁਤ ਯੋਗਦਾਨ ਹੈ ਔਰ ਇਸ ਤੋਂ ਇਲਾਵਾ ਇਹਦੇ ਵਿੱਚ ਇਮੋਸ਼ਨ ਬਹੁਤ ਸਟਰੋਂਗ ਨੇ ਮਾਂ ਬੇਟੇ ਦੇ ਇਮੋਸ਼ਨ ਔਰ ਦੋਸਤਾਂ ਦੇ ਇਮੋਸ਼ਨ ਇਹ ਬਹੁਤ ਸਟਰੋਂਗ ਨੇ ਜਿਹੜੇ ਸਾਡੇ ਬੱਚੇ ਨੇ ਜਿਹੜੇ ਕਾਲਜਾਂ ਚ ਪੜ੍ਹਦੇ ਆ ਹਨਾ ਇੱਕ ਇਹੋ ਜਿਹੀ ਲਾਈਫ ਜੀ ਰਹੇ ਹੁੰਦੇ ਆ ਜਦੋਂ ਉਹਨਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਅਸੀਂ ਜ਼ਿੰਦਗੀ ਦੇ ਵਿੱਚ ਕਰਨਾ ਕੀ ਹੈ ਹਨਾ ਉਹ ਛੋਟੀਆਂ ਛੋਟੀਆਂ ਸ਼ਰਾਰਤਾਂ ਕਰਦੇ ਆ ਇੱਕ ਦੂਜੇ ਨਾਲ ਰਹਿੰਦੇ ਆ ਉਹ ਮਤਲਬ ਉਹ ਛੋਟੀਆਂ ਛੋਟੀਆਂ ਸ਼ਰਾਰਤਾਂ ਜਿਹੜੀਆਂ ਉਹ ਕਿਵੇਂ ਵੱਡਾ ਕਿਤੇ ਗੁਨਾਹ ਬਣ ਜਾਂਦਾ ਉਹਨਾਂ 'ਚ ਉਹ ਗੁਨਾਹ ਦੇ ਰਸਤੇ ਚੱਲਦੇ ਮਤਲਬ ਕਿੱਥੋਂ ਤੱਕ ਪਹੁੰਚ ਸਕਦੇ ਨੇ ਇਹ ਕਹਾਣੀ ਆ ਜਿਵੇਂ ਖਾਸ ਕਰਕੇ ਗਾਣੇ ਆ ਸਾਡੇ ਜਿਹੜੇ ਪੰਜਾਬੀ ਦੇ ਉਹਨਾਂ ਆਪਾਂ ਹਥਿਆਰਾਂ ਵਾਲੇ ਗਾਣੇ ਗਾਉਂਦੇ ਪਰ ਅਸਲ ਦੇ ਵਿੱਚ ਜਦੋਂ ਹਥਿਆਰ ਆਉਂਦੇ ਆ ਹੱਥ 'ਚ ਉਦੋਂ ਕੀ ਹੁੰਦਾ ਗਾਣੇ ਗਾਉਣਾ ਹੋਰ ਗੱਲ ਆ ਪਰ ਅਸਲ ਦੇ ਵਿੱਚ ਹਥਿਆਰਾਂ ਦੇ ਹੱਥ 'ਚ ਆਉਣ ਨਾਲ ਬੰਦੇ ਦੀ ਜ਼ਿੰਦਗੀ 'ਚ ਕੀ ਫੀਲ ਹੁੰਦਾ ਔਰ ਉਹਦੀ ਜ਼ਿੰਦਗੀ 'ਚ ਕੀ ਬਦਲਾਅ ਆਉਂਦੇ ਨੇ ਇਹ ਮੁੱਖ ਜਿਹੜਾ ਹੈਗਾ ਇਹਦਾ ਕੇਂਦਰ ਹੈ ਤੇ ਜਿਹੜੀਆਂ ਮਾਵਾਂ ਨੇ ਹਨਾ ਉਹ ਕਿਵੇਂ ਆਪਦੇ ਬੱਚਿਆਂ ਨੂੰ ਉਡੀਕਦੀਆਂ ਨੇ ਜਿਹੜੇ ਗੈਰ ਕਾਨੂੰਨੀ ਰਾਹਾਂ ਤੇ ਚੱਲਦੇ ਹੋਏ ਘਰਾਂ ਤੋਂ ਦੂਰ ਹੋ ਜਾਂਦੇ ਨੇ ਕਦੇ ਉਹਨਾਂ ਨੂੰ ਕੋਈ ਗੈਂਗਸਟਰ ਕਹਿੰਦਾ ਕੋਈ ਉਹਨਾਂ ਨੂੰ ਬਾਗੀ ਕਹਿੰਦਾ ਹਨਾ ਕੋਈ ਉਹਨਾਂ ਨੂੰ ਵੱਖ ਵੱਖ ਨਾਂ ਦਿੱਤੇ ਜਾਂਦੇ ਨੇ ਕੋਈ ਬਦਮਾਸ਼ ਕਹਿੰਦਾ ਕੋਈ ਕਹਿੰਦਾ ਇਹਨਾਂ ਦਾ ਮੁੰਡਾ ਨਲਾਇਕ ਸੀਗਾ ਉਹ ਲੰਡਰ ਨਿਕਲ ਗਿਆ ਹਨਾ ਸਾਡੇ ਮਾਲਵਿਆਂ ਦੇ
ਭਾਸ਼ਾ ਦੇ ਵਿੱਚ ਪਰ ਉਹ ਇਸ ਗੱਲ ਦਾ ਮਾਵਾਂ ਦੇ ਦਿਲ ਤੇ ਕੀ ਅਸਰ ਹੁੰਦਾ ਕਿਉਂਕਿ ਮਰ ਜਾਣੇ ਵੀ ਆ ਜਿਹੜਾ ਸ਼ਬਦ ਹੈ ਮਾਂ ਦਾ ਇੱਕ ਸੰਬੋਧਨ ਆ ਸਾਡੀਆਂ ਮਾਵਾਂ ਕੋਈ ਸ਼ਰਾਰਤ ਕਰ ਮਰ ਜਾਣੇ ਆਏ ਨਾ ਕਰਦੀ ਅਸਲ ਚ ਮਰ ਜਾਣੇ ਸ਼ਬਦ ਆ ਜਿਹੜਾ ਇੱਕ ਮੋਹ ਦੇ ਵਿੱਚੋਂ ਕਿਹਾ ਹੋਇਆ ਸ਼ਬਦ ਆ ਹਨਾ ਕਿੱਥੋਂ ਤੱਕ ਉਹ ਮਰ ਜਾਣੇ ਅਸਲ ਦੇ ਵਿੱਚ ਫਿਲਮ ਦੇ ਐਂਡ ਤੱਕ ਜਾਂਦੇ ਹੋਏ ਕਿੱਥੋਂ ਤੱਕ ਉਹ ਜਰਨੀ ਆ ਉਸ ਫੀਲ ਦੀ ਮਾਂ ਦੀ ਤੇ ਬੇਟੇ ਦੇ ਰਿਸ਼ਤੇ ਦੀ ਉਹ ਫਿਲਮ ਦਾ ਮੁੱਖ ਜਿਹੜਾ ਹੈਗਾ ਉਹ ਕੇਂਦਰ ਹੈ ਸਰ ਅਸੀਂ ਇਹ ਤਾਂ ਦੇਖਿਆ ਕਿ ਕਿੰਨਾ ਔਖਾ ਇਹ ਟੌਪਿਕ ਸੀਗਾ ਲੇਕਿਨ ਕਿੰਨਾ ਔਖਾ ਹੋਇਆ ਇਹਨੂੰ ਡਾਇਰੈਕਸ਼ਨ ਦੇ ਵਿੱਚ ਉਤਾਰਨਾ ਪੜਦੇ ਤੇ ਮੇਰੇ ਕੰਮ ਸਾਰੇ ਬਹੁਤ ਔਖੇ ਹੁੰਦੇ ਨੇ ਮੈਂ ਸੌਖੀ ਫਿਲਮ ਨਹੀਂ ਬਣਾਉਂਦਾ ਮੇਰੀ ਫਿਲਮਾਂ ਦੇ ਜਿਹੜਾ ਜਿਹੜੇ ਸਬਜੈਕਟ ਨੇ ਉਹ ਵੀ ਔਖੇ ਨੇ ਉਹਨਾਂ ਦਾ ਰਿਟਨ ਵਰਕ ਵੀ ਮੇਰਾ ਹੀ ਹੁੰਦਾ ਕਿਉਂਕਿ ਸਟੋਰੀ ਸਕਰੀਨ ਪਲੇ ਡਾਇਲੋਗ ਸਭ ਕੁਛ ਮੈਂ ਹੀ ਲਿਖਦਾ ਉਹ ਵੀ ਬਹੁਤ ਔਖਾ ਹੁੰਦਾ ਬਾਅਦ ਦੇ ਵਿੱਚ ਉਹ ਸ਼ੂਟ ਕਰਨੀਆਂ ਵੀ ਬਹੁਤ ਔਖੀਆਂ ਹੁੰਦੀਆਂ ਨੇ ਕਿਉਂਕਿ ਕਈ ਵਾਰ ਤਾਂ ਮੇਰੀਆਂ ਫਿਲਮਾਂ ਦੇ 100 ਸ਼ੂਟਿੰਗ ਸਪੋਟ ਹੁੰਦੇ ਨੇ ਵੱਖ ਵੱਖ 100 ਲੋਕੇਸ਼ਨਾਂ ਤੇ ਮੈਂ ਜੋਰਾ ਸ਼ੂਟ ਕੀਤੀ ਹਨਾ 60-70 ਲੋਕੇਸ਼ਨਾਂ ਨੇ ਜਿਹੜੀਆਂ ਉਹ ਮਰ ਜਾਣੇ ਦੀਆਂ ਵੀ ਨੇ ਹਨਾ ਬਠਿੰਡੇ ਸ਼ੂਟ ਕੀਤੀ ਕੁਛ ਚੰਡੀਗੜ੍ਹ ਸ਼ੂਟ ਕੀਤੀ 10 ਦਿਨ ਮੈਂ ਰਾਜਸਥਾਨ ਸੂਰਤਗੜ੍ਹ ਬੀਕਾਨੇਰ ਸ਼ੂਟ ਕੀਤੀ ਮੇਰੀ ਫਿਲਮ ਏਦਾਂ ਨਹੀਂ ਹੁੰਦੀ ਕਿ ਆਪਾਂ ਕਮੇਡੀ ਫਿਲਮਾਂ ਨੂੰ ਵੀ ਘਰੇ ਹੀ ਬਹਿ ਗਏ ਆਪਾਂ ਕੋਈ ਵਿਆਹ ਦਾ ਸੀਨ ਆ ਕਮੇਡੀ 'ਚ ਘਰੇ ਹੀ ਬਹਿ ਕੇ ਸੌਖੀ ਬਣਾ ਲਈ ਮੈਂ ਬਹੁਤ ਔਖੇ ਕੰਮ ਕਰਨੇ ਮੈਨੂੰ ਚੰਗੇ ਲੱਗਦੇ ਆ ਕਿਉਂਕਿ ਮੇਰੇ ਸਬਜੈਕਟ ਉਦਾਂ ਦੇ ਨੇ ਉਹ ਸਬਜੈਕਟ ਨੂੰ ਕਰਨ ਲਈ ਮੈਨੂੰ ਜਿੰਨਾ ਮਰਜ਼ੀ ਔਖਾ ਹੋਣਾ ਪਵੇ ਮੈਂ ਹੋਊਂਗਾ ਪਰ ਮੈਂ ਆਪਣਾ 100% ਬਹੁਤ ਇਮਾਨਦਾਰੀ ਨਾਲ ਕੰਮ ਕਰਦਾ ਇਸ ਫਿਲਮ ਦੇ ਵਿੱਚ ਵੀ ਮੈਨੂੰ ਬਹੁਤ ਜ਼ਿਆਦਾ ਤਸੱਲੀ ਹੈ ਇਸ ਗੱਲ ਦੀ ਕਿ ਮੈਂ ਬਹੁਤ ਅੱਛੇ ਤਰੀਕੇ ਨਾਲ ਕੰਮ ਕੀਤਾ ਆਪਣਾ ਇਸ ਤੋਂ ਸਰ ਮੈਂ ਇਹ ਤਾਂ ਰਿਅਲਾਈਜ਼ ਕਰ ਸਕਦੀ ਸਾਰੀ ਫਿਲਮ ਦੇ ਸਾਰੇ ਸੀਨਸ ਹੀ ਬਹੁਤ ਬਲੌਕਬਸਟਰ ਹੋਣਗੇ ਲੇਕਿਨ ਤੁਹਾਡਾ ਬੈਸਟ ਸੀਨ ਕਿਹੜਾ ਤੁਹਾਨੂੰ ਲੱਗਾ ਕਿ ਨਹੀਂ ਆਹ ਸਭ ਤੋਂ ਪਰਫੈਕਟ ਮੈਨੂੰ ਨਾ ਇੱਕ ਫਿਲਮ ਦੇ ਵਿੱਚ ਨਾ ਮਾਂ ਬੇਟੇ ਦਾ ਸੀਨ ਆ ਸਾਡੀਆਂ ਫਿਲਮਾਂ 'ਚ ਮਾਂ ਬੇਟਾ ਬਹੁਤ ਵਾਰੀ ਦਿਖਾਏ ਗਏ ਨੇ ਮਾਂ ਬੇਟਾ ਕੋਈ ਇਹੋ ਜਿਹਾ ਨਵੀਂ ਗੱਲ ਨਹੀਂ ਕਿ ਮਾਂ ਬੇਟਾ ਫਿਲਮ 'ਚ ਨਾ ਦਿਖਾਏ ਗਏ ਹੋਣ ਪਰ ਇਸ ਫਿਲਮ ਦੇ ਵਿੱਚ ਜਿਹੜਾ ਮਾਂ ਬੇਟੇ ਦਾ ਰਿਸ਼ਤਾ ਜਿਵੇਂ ਹੁੰਦਾ ਉਹਨੂੰ ਜਿਵੇਂ ਫਿਲਮ ਦੇ ਵਿੱਚ ਇੱਕ ਸੀਨ ਦੇ ਵਿੱਚ ਮੈਂ ਦਿਖਾਇਆ ਕਿ ਉਹ ਰਾਤ ਨੂੰ ਮਾਂ ਜਿਹੜੀ ਉਹ ਆਪਦੀ ਬਾਂਹ ਤੇ ਆਪਣੇ ਬੇਟੇ ਦਾ ਸਿਰ ਰੱਖ ਕੇ ਉਹਨੂੰ ਸਵਾ ਰਹੀ ਹੈ ਜਦੋਂ ਕਿ ਯੰਗ ਹੈ ਪੂਰਾ ਵੱਡੀ ਵੱਡਾ ਉਹ ਮਤਲਬ ਉਹਨੂੰ ਸਵਾ ਰਹੀ ਹੈ ਕਿਉਂਕਿ ਬਾਪ ਹੈ ਨਹੀਂ ਗਾ ਉਹਦਾ ਤੇ ਉਹ ਗੱਲ ਬੇਟੇ ਨੇ ਉਹਦੇ ਨਾਲ ਗੱਲ ਕਰਨੀ ਹੈ ਵੀ ਮੈਂ ਫਲਾਨੀ ਕੁੜੀ ਨਾਲ ਪਿਆਰ ਕਰਦਾ ਮੈਂ ਉਹਦੇ ਨਾਲ ਵਿਆਹ ਕਰਾਉਣਾ ਪਰ ਉਹ ਸਿੱਧੀ ਨਹੀਂ ਗੱਲ ਕਰਦਾ ਉਹ ਕਹਿੰਦਾ ਮਾਂ ਕਹਿੰਦਾ ਵੀ ਇੱਕ ਗੱਲ ਪੁੱਛਾਂ ਕਹਿੰਦੀ ਪੁੱਛ ਕਹਿੰਦਾ ਤੇਰਾ ਤੇ ਬਾਪੂ ਦਾ ਵਿਆਹ ਕਿਵੇਂ ਹੋਇਆ ਸੀ ਹਨਾ ਤੇ ਉਹ ਕਹਿੰਦੀ ਪੁੱਤ ਵੀ ਸਾਡੇ ਵੇਲੇ ਤਾਂ ਆਈ ਵੀ ਅੱਜ ਤੋਂ 25-30 ਸਾਲ ਪੁਰਾਣੀ ਗੱਲ ਦੱਸ ਰਹੀ ਆ ਵੀ ਫਲਾਨੇ ਥਾਂ ਗੁਰਦੁਆਰਾ ਸਾਹਿਬ ਦੇ ਵਿੱਚ ਹਨਾ ਉਧਰੋਂ ਤੇਰਾ ਬਾਪੂ ਆ ਗਿਆ ਤੇ ਮੈਂ ਆਪਦੇ ਮਾਮੇ ਨਾਲ ਚਲੀ ਗਈ ਉੱਥੇ ਉਹਨਾਂ ਨੇ ਮੈਨੂੰ ਦੇਖਿਆ ਉੱਥੇ ਮੱਥਾ ਟੇਕਤਾ ਤੇ ਮਤਲਬ ਦੇਖਾ ਦਿਖਾਈ ਹੋ ਗਈ ਹਨਾ ਉਹਨੂੰ ਕਹਿੰਦਾ ਕਹਿੰਦਾ ਵੀ ਜੇ ਤੈਨੂੰ ਬਾਪੂ ਨਾ ਪਸੰਦ ਆਉਂਦਾ ਉਹ ਕਹਿੰਦੀ ਵੀ ਨਹੀਂ ਪਸੰਦ ਕਿਉਂ ਨਾ ਆਉਂਦਾ ਵੀ ਬਹੁਤ ਚੱਲ ਮਾਂ ਤਕੜਾ ਬਾਪੂ ਤੇਰਾ ਬਾਪੂ ਸੀਗਾ ਬਸ ਸੁਭਾਅ ਦਾ ਥੋੜਾ ਕੌੜਾ ਸੀ ਉਹ ਕਹਿੰਦਾ ਨਹੀਂ ਮੰਨ ਲਾ ਬੇਬੇ ਕਹਿੰਦਾ ਜੇ ਬਾਪੂ ਨਾ ਪਸੰਦ ਆਉਂਦਾ ਫਿਰ ਕੀ ਕਰਦੀ ਉਹ ਇਕਦਮ ਮਤਲਬ ਗੰਭੀਰ ਹੋ ਜਾਂਦੀ ਹੈ ਕਹਿੰਦੀ ਪੁੱਤ ਮੈਂ ਫਿਰ ਵੀ ਚੁੱਪ ਚਾਪ ਉਹਦੇ ਨਾਲ ਹੀ ਵਿਆਹ ਕਰਾ ਲੈਣਾ ਸੀ ਕਿਉਂਕਿ ਸਾਡੇ ਦੋਹਾਂ ਦੇ ਘਰੇ ਤੂੰ ਜੰਮਣਾ ਸੀ ਇਹ ਸੀਨ ਜਿਸ ਤਰੀਕੇ ਨਾਲ ਮੈਂ ਸ਼ੂਟ ਕੀਤਾ ਤੁਸੀਂ ਫਿਲਮ 'ਚ ਦੇਖਿਓ ਤੁਸੀਂ ਕਦੇ ਪੰਜਾਬੀ ਫਿਲਮ 'ਚ ਮਾਂ ਬੇਟੇ ਦਾ ਇਹੋ ਜਿਹਾ ਸੀਨ ਨਹੀਂ ਦੇਖਿਆ ਨਹੀਂ ਮੈਂ ਸੁਣਿਆ ਵੀ ਨਹੀਂ ਹੈ ਇਸ ਤਰ੍ਹਾਂ ਜਿੱਦਾਂ ਮੈਂ ਸੁਣਿਆ ਤੇ ਉਹਦਾ ਤੇ ਸਰ ਇੰਨੀ ਅੱਛੀ ਅੱਛੀ ਫਿਲਮਾਂ ਸਾਰੀਆਂ ਹੀ ਤੁਹਾਡੀਆਂ ਹੁੰਦੀਆਂ ਲੇਕਿਨ ਤੁਹਾਡਾ ਇੰਸਪੀਰੇਸ਼ਨ ਕੀ ਹੈ ਜਦੋਂ ਤੋਂ ਮੋਟੀਵੇਸ਼ਨ ਮਿਲਦੀ ਹੈ ਕਿ ਮੇਰਾ ਮੇਰੀ ਪ੍ਰੇਰਨਾ ਜਿਹੜੀ ਉਹ ਸਿਨੇਮਾ ਹੀ ਆ ਵਰਲਡ ਸਿਨੇਮਾ ਮੈਂ ਪੂਰਾ ਸਿਨੇਮਾ ਜਿਹੜੀ ਵੀ ਭਾਸ਼ਾ ਮੈਨੂੰ ਸਮਝ ਆਉਂਦੀ ਹੈ ਚਾਹੇ ਸਾਊਥ ਦੀ ਫਿਲਮਾਂ ਚਾਹੇ ਮਰਾਠੀ ਫਿਲਮਾਂ ਚਾਹੇ ਬੰਗਾਲ ਦੀ ਫਿਲਮਾਂ ਚਾਹੇ ਹਾਲੀਵੁੱਡ ਦੀ ਫਿਲਮਾਂ ਜਿਹੜੀ ਵੀ ਫਿਲਮ ਮੈਨੂੰ ਚੰਗੀ ਲੱਗਦੀ ਹੈ ਤੇ ਮੈਨੂੰ ਸਮਝ ਆਉਂਦੀ ਆ ਜਾਂ ਅੰਗਰੇਜ਼ੀ ਸਬ ਟਾਈਟਲ ਨਾਲ ਮੈਂ ਦੇਖ ਸਕਦਾ ਮੈਨੂੰ ਸਾਰਾ ਸਿਨੇਮਾ ਵਧੀਆ ਲੱਗਦਾ ਕਿਉਂਕਿ ਮੈਂ ਹੋਲ ਟਾਈਮਰ ਹਾਂ ਹਨਾ ਮੇਰੀ ਬਚਪਨ ਤੋਂ ਪਹਿਲਾਂ ਮੈਂ ਗੀਤਕਾਰ ਦੇ ਤੌਰ ਤੇ ਮੇਰੀ ਪਛਾਣ ਬਣੀ ਮੈਂ ਲਿਟਰੇਰੀ ਤੌਰ ਤੇ ਕਵੀ ਦੇ ਤੌਰ ਤੇ ਮੇਰੀ ਪਛਾਣ ਆ ਪਰ ਮੇਰਾ ਮੁੱਖ ਮਕਸਦ ਫਿਲਮ ਮੇਕਿੰਗ ਕਰਨਾ ਸੀ ਇਸ ਕਰਕੇ ਮੈਂ ਸਿਨੇਮੇ ਦਾ ਆਪਦੇ ਆਪ ਨੂੰ ਅੱਜ ਵੀ ਵਿਦਿਆਰਥੀ ਸਮਝਦਾ ਕਿ ਕੋਈ ਵੀ ਚੰਗੀ ਫਿਲਮ ਆ ਕਿਸੇ ਵੀ ਭਾਸ਼ਾ ਦੀ ਉਹ ਮੈਂ ਜ਼ਰੂਰ ਦੇਖਦਾ ਸਿਨੇਮੇ ਦੇ ਨਾਲ ਮੇਰਾ ਜਿਹੜਾ ਪਿਆਰ ਹੈ ਹਨਾ ਉਹੀ ਮੈਨੂੰ ਇੰਸਪਾਇਰ ਕਰਦਾ ਨਵਾਂ ਕੰਮ ਕਰਨ ਦੇ ਲਈ ਜੀ
ਤੇ ਸਰ ਇਸ ਮੁਕਾਮ ਤੇ ਪਹੁੰਚ ਕੇ ਇੰਨੀ ਜਦੋਂ ਆਪਾਂ ਬੜੇ ਲੈਵਲ ਤੇ ਚਲੇ ਜਾਂਦੇ ਹਾਂ, ਹਜੇ ਵੀ ਕਿਆ ਕੋਈ ਸੁਪਨਾ ਹੈ ਜੋ ਲੱਗਦਾ ਹੈ ਕਿ ਨਹੀਂ ਹਜੇ ਵੀ ਪੂਰਾ ਕਰਨਾ ਹੈ? ਬਿਲਕੁਲ ਜੀ, ਮੇਰੇ ਬਹੁਤ ਸਬਜੈਕਟ ਨੇ। ਸਿੱਖ ਇਤਿਹਾਸ ਬਾਰੇ ਮੈਂ ਫਿਲਮ ਕਰਨੀ ਆ, 1984 ਦਾ ਜਿਹੜਾ ਟਾਈਮ ਸੀ ਪੰਜਾਬ ਦਾ ਉਹਦੇ ਬਾਰੇ ਮੈਂ ਫਿਲਮ ਕਰਨੀ ਆ, ਹੈ ਨਾ। ਸਾਡੇ ਪੰਜਾਬ ਦੇ ਕਲਚਰ ਦੀਆਂ, ਸਾਡੇ ਸਾਹਿਤ ਦੀਆਂ ਬਹੁਤ ਸਾਰੀਆਂ ਕਹਾਣੀਆਂ ਪਈਆਂ ਨੇ, ਉਹਨਾਂ ਨੂੰ ਮੈਂ ਬਣਾਉਣਾ ਹੈ। ਮੈਂ ਹਿੰਦੀ ਦੇ ਵਿੱਚ ਕੁਛ ਇਹੋ ਜਿਹੇ ਐਕਟਰ ਨੇ ਜਿਹੜੇ ਮੇਰੇ ਬਹੁਤ ਮਨ ਪਸੰਦ ਨੇ, ਜਿੱਦਾਂ ਨਵਾਜ਼ੁਦੀਨ ਸਿੱਦੀਕੀ ਹੋ ਗਿਆ, ਰਣਦੀਪ ਹੂਡਾ, ਇਹਨਾਂ ਬੰਦਿਆਂ ਦੇ ਨਾਲ ਮੈਂ ਕੰਮ ਕਰਨਾ ਹੈਗਾ। ਇਸ ਕਰਕੇ ਫਿਲਮਾਂ ਨਾਲ ਹੀ ਸੰਬੰਧਿਤ ਮੇਰੇ ਸੁਪਨੇ ਨੇ ਜੀ। ਚਲੋ ਸਰ, ਬਹੁਤ ਬਹੁਤ ਆਲ ਦਾ ਬੈਸਟ ਤੁਹਾਨੂੰ, ਬਹੁਤ ਬਹੁਤ ਗੁੱਡ ਵਿਸ਼ਸ, ਤੇ ਰੱਬ ਕਰੇ ਫਿਲਮ ਬਹੁਤ ਬਹੁਤ ਹਿੱਟ ਜਾਵੇ ਤੇ ਸਾਰੇ ਰਿਕਾਰਡ ਤੋੜ ਦੇਵੇ। ਥੈਂਕ ਯੂ ਸੋ ਮਚ ਤੁਹਾਨੂੰ ਇੰਨਾ ਟਾਈਮ ਦਿੱਤਾ ਜੀ। ਸਤਿ ਸ਼੍ਰੀ ਅਕਾਲ। ਇੱਕ ਫਿਲਮ ਦੀ ਕਾਮਯਾਬੀ ਉਦੋਂ ਹੋ ਜਾਂਦੀ ਹੈ ਜਦੋਂ ਸਾਲਾਂ ਸਾਲ ਤੱਕ ਲੋਕੀ ਫਿਲਮ ਨੂੰ ਯਾਦ ਰੱਖਦੇ ਨੇ, ਤੇ ਬੈਕਬੋਨ ਹੁੰਦੇ ਆ ਜਿਹੜੇ ਲੋਕੀ ਪਿੱਛੇ ਬਹੁਤ ਕਰਦੇ ਨੇ। ਅੱਜ ਸਾਡੇ ਨਾਲ ਬਹੁਤ ਹੀ ਮਸ਼ਹੂਰ ਹਸਤੀ ਸਾਡੇ ਨਾਲ ਹੈ, ਦਿਲ ਕੋਰੀ ਜੀ, ਜਿਨ੍ਹਾਂ ਨੇ ਪ੍ਰੋਡਿਊਸ ਕੀਤੀ ਹੈ ਫਿਲਮ ਮਰ ਜਾਂਦੇ। ਫਿਲਮਾਂ ਤਾਂ 10 ਸਾਲ ਹੋ ਗਏ ਬਣਾਉਂਦੇ ਨੂੰ, ਇਹ ਫਿਲਮ ਥੋੜ੍ਹੀ ਜਿੰਨੀਆਂ ਵੀ ਅੱਗੇ ਫਿਲਮਾਂ ਬਣਾਈਆਂ ਉਸ ਫਿਲਮ ਦੇ ਨਾਲੋਂ ਥੋੜ੍ਹੀ ਵੱਖਰੀ ਹੈ, ਕਿਉਂਕਿ ਰਿਐਲਿਟੀ ਦੇ ਅਰਾਊਂਡ ਬਹੁਤ ਹੈ। ਜਦਕਿ ਸਿਨੇਮਾ ਰਿਐਲਿਟੀ ਵੀ ਹੁੰਦਾ, ਥੋੜ੍ਹਾ ਫੇਕ ਚੀਜ਼ਾਂ ਵੀ ਦਿਖਾਉਂਦੇ ਹੈਗੇ, ਤਾਂ ਉਹਦਾ ਮਿਸ਼ਰਨ ਜੋੜ ਕੇ ਬਣਦਾ। ਬਟ ਇਹ ਫਿਲਮ ਬਹੁਤ ਰਿਐਲਿਟੀ ਦੇ ਅਰਾਊਂਡ ਹੈ ਔਰ ਯੂਥ ਲਈ ਬਹੁਤ ਚੰਗਾ ਮੈਸੇਜ ਹੈ। ਉਹਦੀ ਗੱਲ ਉਹਨਾਂ ਨੇ ਰਾਈਟ ਲਿਖੀ ਹੈ, ਉਹਦੇ ਨਾਲ ਕਿ ਯੂਥ ਬਹੁਤ ਅਟਰੈਕਟ ਹੋ ਗਿਆ। ਮਾਂ ਦਾ ਬਹੁਤ ਚੰਗਾ ਕਰੈਕਟਰ ਹੈ, ਮਾਂ ਕਿੱਦਾਂ ਬੱਚੇ ਨੂੰ ਆਪਣੇ ਵਿਲਕਦੀ ਹੈ, ਔਰ ਫਿਲਮ ਦਾ ਟਾਈਟਲ ਹੀ ਤੁਹਾਨੂੰ ਮਰ ਜਾਣੇ, ਜਿੱਦਾਂ ਮਾਵਾਂ ਆਪਣੀ ਆਪਣੇ ਘਰਾਂ 'ਚ ਕਹਿੰਦੀਆਂ ਕਿ ਗਲਤ ਰਾਹ 'ਤੇ ਨਾ ਤੂੰ, ਔਰ ਪਿਆਰ ਦੇ ਨਾਲ ਹੀ ਆਪਣੇ ਔਲਾਦ ਨੂੰ ਜਾਂ ਮੁੰਡੇ ਨੂੰ ਕਹਿੰਦੀ ਹੈਗੀ ਕਿ ਬੱਚਿਆਂ ਨੂੰ ਮਰ ਜਾਣੇ, ਅਤੇ ਉਹ ਟਾਈਟਲ ਤੋਂ ਲੈ ਕੇ ਸਾਰੀ ਕਹਾਣੀ ਬਹੁਤ ਰਿਐਲਿਟੀ ਦੇ ਰਹੇ। ਠੀਕ ਹੈ, ਥੋੜ੍ਹਾ ਜਿਹਾ ਵੱਖਰਾ ਇਹ ਹੋ ਗਿਆ ਨਾ ਕਿ ਅੱਗੇ ਜਿਹੜੇ ਬੋਲਡ ਕਿਰਦਾਰ ਆ ਉਹਨਾਂ 'ਚ ਇਮੋਸ਼ਨਸ ਘੁੱਟ ਘੁੱਟ ਕੇ ਫਿਲਮ 'ਚ ਬਣੇ, ਜਿੱਦਾਂ ਅਸੀਂ ਟ੍ਰੇਲਰ ਦੇਖ ਰਹੇ ਸੀਗੇ, ਤਾਂ ਇੱਕ ਤਰ੍ਹਾਂ ਦਾ ਉਹ ਆ ਨਾ ਕੰਬੀਨੇਸ਼ਨ ਆ ਬੋਲਡਨੈਸ ਅਤੇ ਇਮੋਸ਼ਨ। ਬਿਲਕੁਲ ਸਹੀ ਪਕੜਿਆ ਤੁਸੀਂ, ਔਰ ਅਸੀਂ ਕੱਲ੍ਹ ਅੱਜ ਹੀ ਇੱਕ ਪ੍ਰੋਮੋ ਹੋਰ ਰਿਲੀਜ਼ ਕਰ ਰਹੇ, ਔਰ ਉਹ ਪਿਓਰਲੀ ਇਮੋਸ਼ਨ ਹੈ, ਮਦਰ ਐਂਡ ਸਨ ਦਾ ਕੰਬੀਨੇਸ਼ਨ ਇਮੋਸ਼ਨ ਹੈ, ਜਿਹੜੇ ਕਿ ਤੁਹਾਨੂੰ ਫਿਲਮ ਦਾ ਇੱਕ ਨਵਾਂ ਹੀ ਰੂਪ ਜਿਹੜੀ ਕਿ ਅਸੀਂ ਸੋਚ ਰਹੇ ਕਿ ਗੈਂਗਸਟਰ ਦੀ ਪਿਕਚਰ ਹੈ, ਬਟ ਉਹਦੇ ਨਾਲ ਨਾਲ ਇੱਕ ਇਮੋਸ਼ਨ ਵੀ ਮਾਂ ਦਾ ਚੱਲਦਾ ਕਿ ਮਾਂ ਕਿਸ ਤਰ੍ਹਾਂ ਆਪਣੇ ਬੱਚੇ ਨੂੰ ਪਿਆਰ ਕਰਦੀ ਹੈ, ਔਰ ਉਹਦਾ ਜਦੋਂ ਬੱਚਾ ਗਲਤ ਰਸਤੇ ਪੈ ਜਾਂਦਾ ਤਾਂ ਉਹਨੂੰ ਵਿਲਕਦੀ ਹੈ ਕਿ ਕਿਉਂ ਇਹ ਇਸ ਗਲਤ ਰਹਿ। ਠੀਕ ਹੈ ਸਰ, ਮੈਨੂੰ ਜੈਸਮਿਨ ਅਤੇ ਸਾਰੇ ਸਾਡੇ ਪੰਜਾਬ ਪਲੱਸ ਟੀਮ ਵੱਲੋਂ ਤੁਹਾਨੂੰ ਬਹੁਤ 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 ਥੈਂਕਸ ਪੰਜਾਬ ਪਲੱਸ ਦਾ, ਔਰ ਜਿਹੜਾ ਕਿ ਇਸ ਨੂੰ ਕਵਰੇਜ ਕਰ ਰਿਹਾ ਔਰ ਸਹੀ ਤਰ੍ਹਾਂ ਇਸ ਫਿਲਮ ਨੂੰ ਲੋਕਾਂ ਤੱਕ ਪਹੁੰਚਾਇਆ।